ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਉਹ ਕੀ ਵੇਂਦੇ ਆ, ਇਹਦੇ ਵਿੱਚ ਵੇਂਦੇ ਆ ਕਿ ਤੁਸੀਂ ਬੂਥ ਲੈਵਲ ਤੱਕ ਜੁੜੇ ਹੋ, ਤੁਸੀਂ ਕਿੰਨੀ ਮੈਂਬਰਸ਼ਿਪ ਕੀਤੀ ਹੈ, ਕਿੰਨਾ ਕੰਮ ਕੀਤਾ। ਔਰ ਜਿਹੜਾ ਅਕਾਲੀ ਦਲ ਆ, ਅਕਾਲੀ ਦਲ ਦੇ ਵਿੱਚ ਇਹ ਵੇਂਦੇ ਆ ਕਿ ਬਾਈ ਤੂੰ ਚਿੱਟਾ ਕਿੰਨਾ ਵੇਚਿਆ, ਤੂੰ ਫੀਮ ਕਿੰਨੀ ਵੇਚੀ ਹੈ। ਔਰ ਜਿਹੜਾ ਮਜੀਠੀਏ ਤੋਂ ਸਰਟੀਫਿਕੇਟ ਲੈ ਕੇ ਆ ਜਾਂਦਾ ਉਹਨੂੰ ਜਿਹੜਾ ਉਹਨੂੰ ਮੁੜ ਕੇ SOI ਦਾ ਪ੍ਰਧਾਨ ਲਾਇਆ ਜਾਂਦਾ ਉਹਨੂੰ ਜਿਹੜਾ ਉਹਨੂੰ ਜਾਂ ਇਹ ਪੁੱਛਦੇ ਆ ਕਿ ਤੂੰ ਕਬਜ਼ੇ ਕਿੰਨੇ ਕੀਤੇ। ਔਰ ਜਿਹੜਾ ਉਹ ਬਿਕਰਮਜੀਤ ਮਜੀਠੀਏ ਦੀ ਤੁਸੀਂ ਗੱਲ ਕਰਦੇ ਹੋ, ਜਿਹੜਾ ਸਟੇਜਾਂ ਦੇ ਉੱਤੇ ਬੋਲਦਾ, ਕਦੀ ਕਿ ਤੁਸੀਂ ਉਹਨੂੰ ਪੁੱਛਿਆ ਕਿ ਜਨਰਲ ਡਾਇਰ ਦੀ ਜਿਹੜੀ ਰੋਟੀ ਸੀ ਉਹ ਕਿਉਂ ਕੀਤੀ? ਇਹ ਤਾਂ ਆਪ ਗਦਾਰ ਨੇ, ਇਹ ਕਿਸੇ ਨੂੰ ਕੀ ਦੱਸਣਗੇ? ਔਰ ਮੈਂ ਗੱਲ ਕਹਿੰਦਾ ਕਿ ਅੱਜ ਜਿੱਦਣ ਗੁਰਦੁਆਰੇ ਇਹਨਾਂ ਤੋਂ ਅਸੀਂ ਯਾਦ ਕਰਾ ਲਾਂਗੇ ਤਾਂ ਉਦਣ ਹੀ ਪੰਜਾਬ ਜਿਹੜਾ ਉਹ ਬਚ ਸਕਦਾ, ਔਰ ਤਾਂ ਹੀ ਸਿੱਖ ਧਰਮ ਬਚ ਸਕਦਾ। ਗੱਲ ਇਹ ਆ ਕਿ ਮੈਂ ਤਾਂ ਝਾੜੂ ਨੂੰ ਸਮਝਦਾ ਹੀ ਕੁਛ ਨਹੀਂ। ਮੈਂ ਤਾਂ ਉਦੋਂ ਵੀ ਇਹ ਗੱਲ ਕਹਿੰਦਾ ਸੀਗਾ ਕਿ ਜਿਹੜੇ ਬੰਦੇ ਦੀ ਆਪਦੀ ਘਰ ਵਾਲੀ ਨਾਲ ਬਣਦੀ ਏ ਉਹ ਘੱਟੋ ਘੱਟ ਸਲਾਹ ਕਰਕੇ ਵੋਟ ਜ਼ਰੂਰ ਪਾਇਓ, ਇੰਨਾ ਜ਼ਰੂਰ ਪੁੱਛ ਲਿਓ ਕਿ ਭਾਗਵਾਨ ਨੇ ਝਾੜੂ ਕਿੰਨਾ ਕੁ ਚਿਰ ਚੱਲਦਾ। ਔਰ ਜਿਹੜਾ ਝਾੜੂ ਆ ਇਹਨਾਂ ਵਾਲਾ ਝਾੜੂ ਪੰਜਾਬ ਦੇ ਵਿੱਚ 6 ਮਹੀਨੇ ਵੀ ਨਹੀਂ ਚੱਲਿਆ, ਖਿਲਰਿਆ ਫਿਰਦਾ, ਜਿਵੇਂ ਕਿ 18 ਚੁੱਲ੍ਹੇ ਅਤੇ 21 ਬਈਏ ਇਹਨਾਂ ਦੇ, ਜਿਵੇਂ ਕਹਿੰਦੇ ਆ ਕਿ ਇਹ ਸਾਰੇ ਲੀਡਰ ਬਣਨੂੰ ਫਿਰਦੇ ਆ। ਇਹ ਉਦੋਂ ਕਾਮਯਾਬ ਹੋ ਸਕਦੇ ਜੇ ਜ਼ਿਲ੍ਹਿਆਂ 'ਚ ਮੁੱਖ ਮੰਤਰੀ ਲੱਗਣ ਲੱਗ ਪੈਣ, ਫਿਰ ਇਹਨਾਂ ਦੀ ਸਰਕਾਰ ਆ ਸਕਦੀ, ਨਹੀਂ ਤਾਂ ਕਦੀ ਨਹੀਂ ਆ ਸਕਦੀ। ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਇੱਕ ਸਿਆਣਾ ਲੀਡਰ ਆ, ਉਹ ਨਾ ਤਾਂ ਚਿੱਟੇ ਵਾਲਿਆਂ ਨਾਲ ਜਾਊਗਾ ਅਤੇ ਨਾ ਹੀ ਉਹਨਾਂ ਦੇ ਨਾਲ ਜਾਊਗਾ ਜਿਨ੍ਹਾਂ ਦਾ ਆਪਦਾ ਹੀ ਟਿਕਾਣਾ ਕੋਈ ਨਹੀਂ ਹੈਗਾ ਗਾ। ਔਰ ਜਿਹੜੇ ਬੰਦੇ ਦਾ ਕੋਈ ਟਿਕਾਣਾ ਨਾ ਹੋਵੇ ਉਹ ਇਸ ਕਰਕੇ ਮੈਂ ਗੱਲ ਕਹਿੰਦਾ ਅਤੇ ਝਾੜੂ ਵਾਲੇ ਵੀ ਭੁੱਲ ਜਾਣ ਅਤੇ ਅਕਾਲੀ ਦਲ ਵਾਲੇ ਵੀ ਭੁੱਲ ਜਾਣ, ਇਹ ਕਿੱਥੇ ਟਕਸਾਲੀ ਤੁਰੇ ਫਿਰਦੇ ਆ, ਇਹ ਕਿੱਧਰ ਦੇ ਟਕਸਾਲੀ ਆ, ਉਹਦੇ ਤਾਂ ਲਏ ਇਹਨਾਂ ਅਕਾਲੀ ਦਲ ਤੋਂ, ਉਂਝ ਕਹਿੰਦੇ ਅਸੀਂ ਟਕਸਾਲੀ ਹਾਂ। ਮੈਂ ਇਹਨਾਂ ਨੂੰ ਕਹਿੰਦਾ ਅਸਤੀਫੇ ਦੇਣ ਅਹੁਦਿਆਂ ਤੋਂ ਅਤੇ ਫਿਰ ਇਲੈਕਸ਼ਨ ਲੜ ਕੇ ਵੇਖਣਗੇ ਲੋਕ ਇਹਨਾਂ ਦੇ ਨਾਲ ਹੈਗੇ ਆ ਜਾਂ ਨਹੀਂ ਹੈਗੇ। 2022 ਦੀਆਂ ਚੋਣਾਂ ਲਈ ਪੰਜਾਬ ਕਾਂਗਰਸ ਵੱਲੋਂ ਬਿਗਲ ਵਜਾ ਦਿੱਤਾ ਗਿਆ ਹੈ। ਅੱਜ ਜਿਹੜਾ ਕਿ ਪ੍ਰਧਾਨ ਨੇ ਜਾਂ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣਾਏ ਗਏ, ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ। ਸਾਡੇ ਨਾਲ ਵਿਧਾਇਕ ਕੁਲਬੀਰ ਜੀਰਾ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜੀਰਾ ਸਾਹਿਬ, ਕੀ ਤਿਆਰੀਆਂ ਕੀਤੀਆਂ ਜਾ ਰਹੀਆਂ 2022 ਦੇ ਲਈ? ਗੱਲ ਇਹ ਕਿ ਸਭ ਤੋਂ ਪਹਿਲਾਂ ਤਾਂ ਮੈਂ ਰਾਹੁਲ ਗਾਂਧੀ ਜੀ ਦਾ, ਮੈਡਮ ਸੋਨੀਆ ਗਾਂਧੀ ਜੀ ਦਾ, ਸਰਦਾਰ ਮਨਮੋਹਨ ਸਿੰਘ ਜੀ ਦਾ, ਪ੍ਰਿੰਕਾ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਯੂਥ ਕਾਂਗਰਸ ਦੇ ਵਿੱਚ ਇੱਕ ਪਲੇਟਫਾਰਮ ਦਿੱਤਾ ਹੈ ਕਿ ਤੁਸੀਂ ਨੇਤਾ ਬਣੋ, ਨੇਤਾ ਚੁਣੋ। ਕਿਉਂਕਿ ਜੇ ਮੈਂਬਰਸ਼ਿਪ ਹੁੰਦੀ ਆ, ਇਲੈਕਸ਼ਨ ਹੁੰਦੀ ਆ, ਤਾਂ ਅੱਜ ਸਾਡੇ ਵਰਗੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ MLA ਦੀਆਂ ਟਿਕਟਾਂ ਮਿਲੀਆਂ, ਜਿਹੜੇ MLA ਬਣੇ, ਔਰ ਇੱਥੇ ਨਵੀਂ ਚੋਣ ਜਿਹੜੀ ਆ ਹੋਈ ਆ ਜਿਹਦੇ ਵਿੱਚ ਵਰਿੰਦਰ ਢਿੱਲੋਂ ਜੀ ਜੋ ਕਿ ਪ੍ਰਧਾਨ ਬਣੇ ਆ, ਨਵਾਂ ਸੰਗਠਨ ਤਿਆਰ ਹੋਇਆ, ਅੱਜ ਉਹਦੀ ਵਰਕਸ਼ਾਪ ਲੱਗੀ, ਔਰ ਜਿਹਦੇ ਵਿੱਚ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਜਿਹੜੀ ਪੰਜਾਬ ਦੀ ਜਿਹੜੀ ਬਾਡੀ ਆ ਸਾਰੀ ਆਈ ਆ, ਔਰ ਜਿਹਦੇ ਵਿੱਚ ਦਿੱਲੀ ਤੋਂ ਸਚਿਨ ਰਾਓ ਜੀ ਔਰ ਸੀਤਾਰਾਮ ਲਾਂਬਾ ਜੀ, ਦੀਪਕ ਛੋਟੀਵਾਲਾ ਜੀ ਔਰ ਸਾਡੇ ਜਿਹੜੇ ਪਹਿਲਾਂ ਰਹਿ ਚੁੱਕੇ ਇੰਚਾਰਜ ਹੇਮਤ ਓਗਲੇ ਜੀ ਔਰ ਜਿਹੜੇ ਮੌਜੂਦਾ ਇੰਚਾਰਜ ਨੇ ਬੰਟੀ ਜੀ, ਉਹ ਵੀ ਸਾਰੇ ਔਰ ਸਮੁੱਚੀ ਲੀਡਰਸ਼ਿਪ ਨੇ ਅੱਜ ਇੱਥੇ, ਜਿਵੇਂ ਕਿ ਉਸ ਤੋਂ ਪਹਿਲਾਂ ਜਸਵੀਰ ਸਿੰਘ ਡਿੰਪਾ ਜੀ ਜੋ ਕਿ ਪੰਜਾਬ ਦੇ ਪ੍ਰਧਾਨ ਰਹੇ, ਉਹਨਾਂ ਨੇ ਵੀ ਆਪਦਾ ਜਿਹੜਾ ਸੀਗਾ ਕਿ ਦੱਸਿਆ ਕਿ ਮੈਂ ਇਹਨੂੰ ਇੱਥੋਂ ਤੱਕ ਕਿਵੇਂ ਆਉਣ ਦਾ ਮੌਕਾ ਮਿਲਿਆ, ਕਿਵੇਂ ਅੱਜ MP ਤੱਕ ਪਹੁੰਚੇ ਹਾਂ। ਔਰ ਉਸੇ ਤਰ੍ਹਾਂ ਕੁਸ਼ਲਦੀਪ ਢਿੱਲੋਂ ਜੀ, ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ, ਔਰ ਮੈਂ ਇਹ ਗੱਲ ਕਹਿੰਦਾ ਕਿ ਇਹ ਕਾਂਗਰਸ ਪਾਰਟੀ ਦਾ ਇੱਕ ਵਧੀਆ ਫੈਸਲਾ ਹੈ ਕਿ ਜਿਹਦੇ ਵਿੱਚ ਇੱਕ ਚੰਗਾ ਜਿਹੜਾ ਲੀਡਰ, ਜਿਹੜਾ ਕੰਮ ਕਰਨ ਵਾਲਾ ਜਿਹੜਾ ਵਰਕਰ ਆ, ਉਹ ਵੀ ਲੀਡਰ ਬਣਨ ਦੀ ਸੋਚ ਸਕਦਾ। ਔਰ ਦੂਜੇ ਬੰਨੇ ਗੱਲ ਕਰ ਲਈਏ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ, ਉਹਦੇ ਵਿੱਚ ਉਹ ਕੀ ਵੇਂਦੇ ਆ, ਇਹਦੇ ਵਿੱਚ ਵੇਂਦੇ ਆ ਕਿ ਤੁਸੀਂ ਬੂਥ ਲੈਵਲ ਤੱਕ ਜੁੜੇ ਹੋ, ਤੁਸੀਂ ਕਿੰਨੀ ਮੈਂਬਰਸ਼ਿਪ ਕੀਤੀ ਹੈ, ਕਿੰਨਾ ਕੰਮ ਕੀਤਾ। ਔਰ ਜਿਹੜਾ ਅਕਾਲੀ ਦਲ ਆ, ਅਕਾਲੀ ਦਲ ਦੇ ਵਿੱਚ ਇਹ ਵੇਂਦੇ ਆ ਕਿ ਬਾਈ ਤੂੰ ਚਿੱਟਾ ਕਿੰਨਾ ਵੇਚਿਆ, ਤੂੰ ਫੀਮ ਕਿੰਨੀ ਵੇਚੀ ਹੈ। ਔਰ ਜਿਹੜਾ ਮਜੀਠੀਏ ਤੋਂ ਸਰਟੀਫਿਕੇਟ ਲੈ ਕੇ ਆ ਜਾਂਦਾ ਉਹਨੂੰ ਜਿਹੜਾ ਉਹਨੂੰ ਮੁੜ ਕੇ SOI ਦਾ ਪ੍ਰਧਾਨ ਲਾਇਆ ਜਾਂਦਾ, ਉਹਨੂੰ ਜਿਹੜਾ ਉਹਨੂੰ ਜਾਂ ਇਹ ਪੁੱਛਦੇ ਆ ਕਿ ਤੂੰ ਕਬਜ਼ੇ ਕਿੰਨੇ ਕੀਤੇ ਆ। ਔਰ ਜਿਹੜੇ ਕਬਜ਼ਿਆਂ ਵਾਲੇ ਹੁੰਦੇ ਆ, ਜਿਹੜੇ ਚਿੱਟੇ ਵਾਲੇ ਹੁੰਦੇ ਆ, ਉਹ ਪ੍ਰਧਾਨ ਥੋਪੇ ਜਾਂਦੇ ਆ। ਔਰ ਕਾਂਗਰਸ ਪਾਰਟੀ ਦੇ ਵਧੀਆ ਫੈਸਲਾ ਹੈ। ਔਰ 2022 ਦੀ ਇਕੱਲੀ ਇਲੈਕਸ਼ਨ ਦੀ ਮੈਂ ਗੱਲ ਨਹੀਂ ਕਰਦਾ, ਜੇ 2015 ਦੇ ਵਿੱਚ ਜਦੋਂ ਮੈਂ ਵਾਈਸ ਪ੍ਰਧਾਨ ਬਣਿਆ ਸੀ ਤਾਂ ਉਦੋਂ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਮੈਂ MLA ਬਣਾਂਗਾ। ਔਰ ਜੇ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਬਣੀ ਤਾਂ ਉਦੋਂ ਵੀ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਉਹ ਯੂਥ ਕਾਂਗਰਸ ਦਾ ਰਿਹਾ। ਔਰ ਜੇ ਅੱਜ ਵੀ 2022 ਦੇ ਵਿੱਚ ਜੇ 3ਜੀ ਵਾਰ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਬਣਨ ਜਾ ਰਹੇ ਨੇ, ਔਰ ਤਾਂ ਵੀ ਸਭ ਤੋਂ ਵੱਡਾ ਜਿਹੜਾ ਰੋਲ ਆ ਉਹ ਪੰਜਾਬ ਯੂਥ ਕਾਂਗਰਸ ਦਾ ਹੀ ਹੋਵੇਗਾ। ਤੁਸੀਂ 3ਜੀ ਵਾਰ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਜਾਂ ਅਗਲੀਆਂ ਚੋਣਾਂ ਦੀ ਗੱਲ ਕਰ ਲਈਏ, ਲੇਕਿਨ ਅਕਾਲੀ ਦਲ ਲਗਾਤਾਰ ਨਿਸ਼ਾਨੇ 'ਤੇ ਲੈ ਰਿਹਾ ਹੈ ਜਾਂ ਫਿਰ ਨਾਲ ਹੀ ਕਿਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਕੇ ਵੀ ਕਿਤੇ ਨਾ ਕਿਤੇ ਕਾਂਗਰਸ ਦੀ ਗੱਲ ਜਦੋਂ ਆਉਂਦੀ ਹੈ, ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਜਿਹੜਾ ਕਿ ਜਾਇਦਾ ਦੱਸਦੇ ਨੇ, ਨਾਲ ਹੀ ਕਹਿੰਦੇ ਨੇ ਕਿ ਗੁਰਦੁਆਰੇ ਜਾਂ ਸਿੱਖਾਂ ਦੇ ਐਂਟੀ ਨੇ, ਸਿੱਖਾਂ ਦੇ ਵਿਰੋਧੀ ਨੇ? ਗੱਲ ਇਹ ਕਿ ਜਿਹੜਾ ਬਾਦਲ ਪਰਿਵਾਰ ਆ ਇਹਨਾਂ ਦਾ ਪਿਛੋਕੜ ਫਰੋਲੋ, ਇਹ ਖੂਹਾਂ ਦੇ ਵਿੱਚ ਜ਼ਹਿਰ ਪਾਉਂਦੇ ਰਹੇ ਆ, ਜ਼ਹਿਰ ਪਾ ਪਾ ਕੇ ਇਹਨਾਂ ਨੇ ਲੋਕ ਮਾਰੇ।
ਔਰ ਜਿਹੜਾ ਉਹ ਬਿਕਰਮਜੀਤ ਮਜੀਠੀਏ ਦੀ ਤੁਸੀਂ ਗੱਲ ਕਰਦੇ ਹੋ ਜਿਹੜਾ ਸਟੇਜਾਂ ਦੇ ਉੱਤੇ ਬੋਲਦਾ, ਕਦੀ ਕਿ ਤੁਸੀਂ ਉਹਨੂੰ ਪੁੱਛਿਆ ਕਿ ਜਨਰਲ ਡਾਇਰ ਦੀ ਜਿਹੜੀ ਰੋਟੀ ਸੀ ਉਹ ਕਿਉਂ ਕੀਤੀ? ਇਹ ਤਾਂ ਆਪ ਗਦਾਰ ਨੇ, ਇਹ ਕਿਸੇ ਨੂੰ ਕੀ ਦੱਸਣਗੇ? ਔਰ ਮੈਂ ਗੱਲ ਕਹਿੰਦਾ ਕਿ ਅੱਜ ਜਿੱਦਣ ਗੁਰਦੁਆਰੇ ਇਹਨਾਂ ਤੋਂ ਅਸੀਂ ਯਾਦ ਕਰਾ ਲਾਂਗੇ ਤਾਂ ਉਦਣ ਹੀ ਪੰਜਾਬ ਜਿਹੜਾ ਉਹ ਬਚ ਸਕਦਾ ਔਰ ਤਾਂ ਹੀ ਸਿੱਖ ਧਰਮ ਬਚ ਸਕਦਾ। ਜੇਕਰ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਦਿੱਲੀ 'ਚ ਵੱਡੀ ਜਿੱਤ ਹੋਈ ਹੈ, ਇਸ ਤੋਂ ਬਾਅਦ ਦਾਅਵਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਮੋਰਚਾ ਫਤਿਹ ਕਰਾਂਗੇ, ਸੋ ਕਿੱਡੀ ਕੁ ਵੱਡੀ ਚੁਣੌਤੀ ਸਮਝਦੇ ਹੋ? ਗੱਲ ਇਹ ਆ ਕਿ ਮੈਂ ਤਾਂ ਝਾੜੂ ਨੂੰ ਸਮਝਦਾ ਹੀ ਕੁਛ ਨਹੀਂ। ਮੈਂ ਤਾਂ ਉਦੋਂ ਵੀ ਇਹ ਗੱਲ ਕਹਿੰਦਾ ਸੀਗਾ ਕਿ ਜਿਹੜੇ ਬੰਦੇ ਦੀ ਆਪਦੀ ਘਰ ਵਾਲੀ ਨਾਲ ਬਣਦੀ ਏ ਉਹ ਘੱਟੋ ਘੱਟ ਸਲਾਹ ਕਰਕੇ ਵੋਟ ਜ਼ਰੂਰ ਪਾਇਓ, ਇੰਨਾ ਜ਼ਰੂਰ ਪੁੱਛ ਲਿਓ ਕਿ ਭਾਗਵਾਨ ਨੇ ਝਾੜੂ ਕਿੰਨਾ ਕੁ ਚਿਰ ਚੱਲਦਾ। ਔਰ ਜਿਹੜਾ ਝਾੜੂ ਆ ਇਹਨਾਂ ਵਾਲਾ ਝਾੜੂ ਪੰਜਾਬ ਦੇ ਵਿੱਚ 6 ਮਹੀਨੇ ਵੀ ਨਹੀਂ ਚੱਲਿਆ, ਖਿਲ ਰਿਹਾ ਫਿਰਦਾ। ਭਗਵੰਤ ਮਾਨ ਕਿਸੇ ਹੋਰ ਬੰਨੇ ਫਿਰਦਾ, ਦੂਜੇ ਕਿਸੇ ਹੋਰ ਬੰਨੇ ਫਿਰਦੇ ਆ। ਸੁਖਪਾਲ ਖਹਿਰਾ ਜਿਹੜਾ ਗਾਲਾਂ ਕੱਢਦਾ ਹੁੰਦਾ ਸੀ, ਅੱਜ ਉਹ ਕਹਿੰਦਾ ਜੀ ਠੀਕ ਆ ਜੀ ਇਹ ਪਾਰਟੀ ਜਿਹੜੀ ਠੀਕ ਆ। ਔਰ ਮੇਰਾ ਤਾਂ ਇਹ ਕੰਮ ਦਾ ਕਹਿਣ ਦਾ ਮਤਲਬ ਆ ਕਿ ਜਿਵੇਂ ਕਿ 18 ਚੁੱਲ੍ਹੇ ਅਤੇ 21 ਬਈਏ, ਇਹਨਾਂ ਦੇ ਜਿਵੇਂ ਕਹਿੰਦੇ ਆ ਕਿ ਇਹ ਸਾਰੇ ਲੀਡਰ ਬੰਨੂ ਫਿਰਦੇ ਆ, ਇਹ ਉਦੋਂ ਕਾਮਯਾਬ ਹੋ ਸਕਦੇ ਜੇ ਜ਼ਿਲ੍ਹਿਆਂ 'ਚ ਮੁੱਖ ਮੰਤਰੀ ਲੱਗਣ ਲੱਗ ਪੈਣ, ਫਿਰ ਇਹਨਾਂ ਦੀ ਸਰਕਾਰ ਆ ਸਕਦੀ, ਨਹੀਂ ਤਾਂ ਕਦੀ ਨਹੀਂ ਆ ਸਕਦੀ। ਆਖਰੀ ਸਵਾਲ ਨਵਜੋਤ ਸਿੰਘ ਸਿੱਧੂ ਦੇ ਲਈ ਆ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਐਤਕੀ ਪੰਜਾਬ ਦੀ ਸਿਆਸਤ ਦਾ ਜਿਹੜਾ ਧੁਰਾ ਆ ਉਹਨਾਂ ਦੇ ਆਲੇ ਦੁਆਲੇ ਘੁੰਮ ਰਿਹਾ ਆ, ਬਾਕੀ ਪਾਰਟੀਆਂ ਇਹ ਆਵਾਜ਼ਾਂ ਮਾਰ ਰਹੀਆਂ ਨੇ ਮੁੱਖ ਮੰਤਰੀ ਦਾ ਜਿਹੜਾ ਕਿ ਆਫਰ ਹੋ ਰਿਹਾ ਅਹੁਦੇ ਦਾ, ਸੋ ਤੁਸੀਂ ਕੀ ਦੇਖਦੇ ਹੋ? ਤੁਹਾਨੂੰ ਲੱਗਦਾ ਵੀ ਸਿੱਧੂ ਸਾਹਿਬ ਐਤਕੀ ਕਿਤੇ ਪਾਸਾ ਕਰਨਗੇ, ਕਿਉਂਕਿ ਇੱਥੇ ਤਾਂ ਕਾਂਗਰਸ ਵਾਲੇ ਤਾਂ ਚੁੱਪ ਨਜ਼ਰ ਆ ਰਹੇ ਨੇ? ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਨੇ, ਪਰ ਮੈਂ ਇੱਕ ਇਹ ਗੱਲ ਕਹਿੰਦਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਇੱਕ ਸਿਆਣਾ ਲੀਡਰ ਆ, ਉਹ ਨਾ ਤਾਂ ਚਿੱਟੇ ਵਾਲਿਆਂ ਨਾਲ ਜਾਊਗਾ ਅਤੇ ਨਾ ਹੀ ਉਹਨਾਂ ਦੇ ਨਾਲ ਜਾਊਗਾ ਜਿਨ੍ਹਾਂ ਦਾ ਆਪਦਾ ਹੀ ਟਿਕਾਣਾ ਕੋਈ ਨਹੀਂ ਹੈਗਾ ਗਾ। ਔਰ ਜਿਹੜੇ ਬੰਦੇ ਦਾ ਕੋਈ ਟਿਕਾਣਾ ਨਾ ਹੋਵੇ ਉਹ ਇਸ ਕਰਕੇ ਮੈਂ ਗੱਲ ਕਹਿੰਦਾ ਅਤੇ ਝਾੜੂ ਵਾਲੇ ਵੀ ਭੁੱਲ ਜਾਣ ਅਤੇ ਅਕਾਲੀ ਦਲ ਵਾਲੇ ਵੀ ਭੁੱਲ ਜਾਣ, ਇਹ ਕਿੱਥੇ ਟਕਸਾਲੀ ਤੁਰੇ ਫਿਰਦੇ ਆ, ਇਹ ਕਿੱਧਰ ਦੇ ਟਕਸਾਲੀ ਆ? ਉਹਦੇ ਤਾਂ ਲਏ ਇਹਨਾਂ ਅਕਾਲੀ ਦਲ ਤੋਂ, ਉਂਝ ਕਹਿੰਦੇ ਅਸੀਂ ਟਕਸਾਲੀ ਹਾਂ। ਮੈਂ ਇਹਨਾਂ ਨੂੰ ਕਹਿੰਦਾ ਅਸਤੀਫੇ ਦੇਣ ਅਹੁਦਿਆਂ ਤੋਂ ਅਤੇ ਫਿਰ ਇਲੈਕਸ਼ਨ ਲੜ ਕੇ ਵੇਖਣਗੇ ਲੋਕ ਇਹਨਾਂ ਦੇ ਨਾਲ ਹੈਗੇ ਆ ਜਾਂ ਨਹੀਂ ਹੈਗੇ। ਸਵੇਸਨ ਵਿਧਾਇਕ ਕੁਲਵੀਰ ਸਿੰਘ ਜੀਰਾ ਜਿਨ੍ਹਾਂ ਦਾ ਕਹਿਣਾ ਆ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜੇ ਕਾਂਗਰਸ ਆ ਫਤਿਹ ਪੰਜਾਬ ਕਰੇਗੀ ਤਾਂ ਨਾਲ ਹੀ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਤਾਂ ਵਿਰੋਧੀਆਂ ਦੇ ਤਕੜੇ ਨਿਸ਼ਾਨੇ ਉਹਨਾਂ ਨੇ ਮਾਰੇ ਆ, ਤਕੜੇ ਜਿਹੜੇ ਕਿ ਵਿਰੋਧੀਆਂ ਦੇ ਨਿਸ਼ਾਨੇ ਉਹਨਾਂ ਵੱਲ ਸਾਧੇ ਗਏ ਆ, ਸੋ ਦੇਖਦੇ ਹਾਂ ਕਿ ਜਿਹੜੀਆਂ ਤਿਆਰੀਆਂ ਵੱਲ ਖਿੱਚੀਆਂ ਜਾ ਰਹੀਆਂ ਉਹ ਕਿੰਨੀਆਂ ਕੁ ਸੱਚੀਆਂ ਜਾਂ ਸਾਰਥਕ ਸਾਬਤ ਹੁੰਦੀਆਂ ਅਤੇ ਉਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਸੁਰਖਾਵ ਚੰਨ ਆਪਣੇ ਕੈਮਰਾਮੈਨ ਸੁਖਵਿੰਦਰ ਸਿੰਘ ਦੇ ਨਾਲ, ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।